ਲਿਆ ਇਹ 이어ਫੋਨ ਹਲੋ ਉਹ ਹਾਂਜੀ ਸਰ ਮੈਂ ਤਾਂ ਤੁਹਾਡਾ ਵੇਟ ਕਰ ਰਿਹਾ ਬਾਹਰ ਬੂਏ ਅੱਗੇ ਬੈਠਾ ਆ ਜਾ ਯਾਰ ਮੈਂ ਤਾਂ ਚਾਹ ਪੀਣ ਲਿਆ ਸੀਗਾ ਆ ਜਾ ਫੇ ਚੇਤੀ ਬਣਵਾਣਾ ਮੈਂ ਚਾਹ ਦੁਬਾਰਾ ਆ ਜਾ ਆ ਜਾ ਆ ਇੱਥੇ ਇੱਥੇ ਲਾ ਦੀ ਐ ਹਾਂਜੀ ਐ ਐ ਬਿਲਕੁਲ ਸਹੀ ਚਲੋ ਤਰਾ ਸਹੀ ਤਰਾ ਨਿਸ਼ਾਨਦੀ ਹੋ ਜਾਏ हुँ। हुँ। चलो तो। जाओ।, जाओ 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 और इधर हो रहे इधर रोवो इत ठीक है ना सड़क बन लगी है हां जी हाँ जी प्रॉब्लम तो नहीं आ रही है नहीं ठीक है ठीक है ठीक है लंघ जाओ लंघ जाओ भाई लंघ जाओ ਲੰਗਜ 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 ਅੱਛਾ ਠੀਕ ਹੈ ਅੱਛਾ ਤੇ ਐਮ ਕਾਨ ਹੈ ਇਹ ਲਾਣਾ ਹਾਂ ਇਹਦਾ ਮਸਲਾ ਆ ਰਿਹਾ ਹੈ ਹਾਂ ਇਹਦਾ ਇਹਨੂੰ ਢਾ ਦਿਓ ਠੀਕ ਹੈ ਹੈਲੋ ਢਾ ਗਨੇ ਹਾਂ ਹੈਲੋ ਭਾਈਨ ਹਾਂ ਕਿੰਨੂੰ ਢਾਉਣ ਲੱਗੇ ਹੋ ਐਮ ਕਾਨ ਕਿਉਂ ਸੜਕ ਬਣਨ ਲੱਗੀ ਨਾ ਕਿੱਥੇ ਸੜਕ ਬਣਨ ਲੱਗੀ ਇੱਥੇ ਹੀ ਆ ਪਹਿਲੀ ਗਲਤ ਬਣੀ ਹੈ ਓ ਕੀ ਗੱਲ ਆ ਭਾਈ ਇਸ ਮਕਾਨ ਤੇ ਕੋਈ ਕੀੜੀਆਂ ਛੱਡੀਆਂ ਤੂੰ ਹਲੋ ਭਾਜਾ ਨੂੰ ਤੁਸੀਂ ਬੋਲੋ ਨਾ ਵੇਜੇ ਸਾਡਾ ਸਰਕਾਰੀ ਕੰਮ ਆ ਸਾਨੂੰ ਜਲਦੀ ਬੜੀ ਆ ਤੇ ਸਰਕਾਰੀ ਕੰਮ ਆ ਤੇ ਇਹ ਮੇਰਾ ਮਕਾਨ ਆਪਣਾ ਆ ਜ਼ਾਤੀ ਨਹੀਂ ਨਹੀਂ ਮਕਾਨ ਸਾਰਿਆਂ ਦੇ ਜ਼ਾਤੀ ਹੁੰਦੇ ਨੇ ਤੁਸੀਂ ਵੇਖੋ ਭਾਜੀ ਕੀ ਵੇਖਾਂ ਐ ਤੁਹਾਡਾ ਮਕਾਨ ਠੱਣ ਲੱਗਾ ਇਹ ਕਦੇ ਵਾਸਤੇ ਠੱਣ ਲੱਗਾ ਜੀ ਸੜਕ ਬਣਨ ਲੱਗੀ ਨਾ ਉਹ ਪਾਏ ਨਾ ਸੜਕ ਹੀ ਬਣੀ ਐ ਕੀ ਬਣਿਆ ਨਹੀਂ ਨਹੀਂ ਐ ਸੜਕ ਨਹੀਂ ਇਹ ਸਿਰਫ ਇੰਨੀ ਕੀ ਸੜਕ ਬਣਨੀ ਐ 40 ਫੁੱਟ ਦੀ ਸੜਕ ਬਣਨੀ ਹੈ ਹਾਂ ਆ ਜਿੰਨਾ ਕਿ ਤੁਹਾਡਾ ਮਕਾਨ ਹੈ ਨਾ ਇਹ ਪਿੱਛੇ ਕਿੰਨਾ ਐ 40 ਫੁੱਟ ਲੰਮਾ ਐ ਨਾ ਇਹ ਹੈਗਾ ਵਾ 15 45 ਦਾ ਪਲਾਟ 15 ਇੰਚ ਤੇ 45 ਇੰਚ ਬਸ ਇਹ 15 45 ਦੀ ਸੜਕ ਇਹ ਐ ਹੀ ਚਾਹੀਦੀ ਸੀ ਐ ਡਿਮਾਰਚ ਬਿਲਕੁਲ ਠੀਕ ਐ ਤੇ ਆ ਜਿਹੜੀ ਜਗ੍ਹਾ ਕਿਹੜੀ ਐ ਸੜਕ ਇਧਰ ਆ ਨਹੀਂ ਟਾਣਾ ਨਹੀਂ ਨਹੀਂ ਇਧਰੋਂ ਨਹੀਂ ਹੁਣੀ ਆ ਜਿਹੜਾ ਪਿਛਲੇ ਮਕਾਨ ਪਿਛਲੇ ਵੀ ਨਹੀਂ ਠੱਟਣਾ ਸਿਰਫ ਤੁਹਾਡੇ ਐਸ ਗੇਟ ਤੋਂ ਸੜਕ ਸ਼ੁਰੂ ਹੋਣੀ ਹੈ ਤੇ ਜਿੱਥੇ ਤੁਹਾਡਾ ਪਲਾਟ ਮੁੱਕਦਾ ਹੈ ਉੱਥੇ ਸੜਕ ਮੁੱਕ ਜਾਣੀ ਬਸ ਇੰਨਾ ਕੰਮ ਬਸ ਠੀਕ ਹੈ ਸਰ ਹਾਂਜੀ ਐ ਆ ਹੁਣ ਠੀਕ ਹੈ ਤੇ ਬਲਡوزر ਮਂਗਾਓ ਠੀਕ ਹੈ ਇਹਨੂੰ ਟਾਓ ਟਾਦ ਲੈ ਤੇ ਇੱਥੋਂ ਸ਼ੁਰੂ ਕਰਨੀ ਹੈ ਸੜਕ ਠੀਕ ਹੈ ਤੇ ਉਹ ਮੈਂ ਤੁਹਾਡਾ ਮੂੰਹ ਵੇਖੀ ਜਾ ਰਿਹਾ ਤੇ ਤੁਸੀਂ ਅੱਗੇ ਇਹ ਕਹੀ ਜਾ ਰਹੇ ਹੋ ਕਿ ਲਿਓ ਬਲਡوزر ਇਹਨੂੰ 2-3 ਵਾਰੀ ਮਾਰਤ ਮਕਾਨ ਟਿਆ ਜਾਣਾ ਕਿਨੂੰ ਇਹਨੂੰ ਆਪਾਂ ਅੰਦਰ ਜਾ ਇਹਨੂੰ ਇਹ ਇਹ ਬਿਲਡੋਜ਼ਰ ਨਹੀਂ ਹੈਗਾ ਇਹਦਾ ਨਾ ਦੁਰਮਟਾ ਆਪਣੀ ਬੰਦ ਕਰੇ ਕਿਹੜਾ ਦੁਰਮਟਾ ਹੈ ਦੁਰਮਟ ਠੇਕੇਦਾਰ ਹੈ ਮੈਂ ਆਮ ਬੰਦਾ ਇਹ ਕਹਿੰਦੇ ਅੱਗੇ ਇੱਥੋਂ ਨਿਕਲਣੀ ਹੈ ਸੜਕ ਹਾਂਜੀ ਇੱਥੇ ਕਿਹੜੀ ਕੀ ਚੱਲਣਾ ਇੱਥੇ ਇੱਥੇ ਕੋ ਪਲਾਸਟ ਕੱਟਦੀਆਂ ਵੈਗਣਾ ਚੱਲਣੀਆਂ ਨੇ ਉਹ ਯਾਰ ਬਾਤ ਨਹੀਂ ਲੜਮਾਲੀ ਕੰਮ ਨਹੀਂ ਹੈ ਸਰਕਾਰ ਵਾਲਾ ਤੁਸੀਂ ਇਧਰੋਂ ਰਸਤਾ ਕੱਢੋ ਅੱਗੇ ਤੁਸੀਂ ਲਿਜਾਓ ਫਿਰ ਤੇ ਕੋਈ ਸਮਝ ਚ ਆਉਂਦੀ ਹੈ ਕਿ ਇੱਥੇ ਸੜਕ ਬਣਨੀ ਹੈ ਹਾਂ ਤੇ ਸਿਰਫ ਤੁਸੀਂ ਮੇਰਾ 15 45 ਦਾ ਪਲਾਟ ਦੇਖੋ ਭੈਣ ਨਾ ਇਧਰੋਂ ਬਣਨੀ ਹੈ ਹਾਂ ਨਾ ਤੁਹਾਡੇ ਪਿਛਲੇ ਮਕਾਨ ਚੋਂ ਬਣਨੀ। ਅੱਛਾ। ਇਹ ਸਿਰਫ 1545 ਦੀ ਸੜਕ ਆ ਹਕੂਮਤ ਨੇ ਪਾਸ ਕੀਤੀ। ਸਾਡਾ ਇਹਦੇ ਚ ਕਦਮ ਹਸਿਆ। ਕੋਈ ਯਾਰ ਹਕੂਮਤ ਕੀ ਲੱਗਦੀ ਐ ਇੱਥੇ? ਸਿੱਕੇ ਦੇ ਯਾਰੇ ਨੂੰ ਬੰਦ ਕਰ ਕੀ ਕਰਨੇ ਆ ਤੂੰ? ਨਹੀਂ ਚੱਲਣ। ਪਾਣੀ ਨਕਸ਼ੇ ਦੇ ਵਿੱਚ ਤੁਹਾਡਾ ਮਕਾਨ ਆਂਡਿਆ ਸੀ। ਤੇ ਨਕਸ਼ੇ ਤੋਂ ਬਗੈਰ ਲਿਆ ਮੈਂ ਪਹਿਲੇ। ਉਹ ਸੜਕ ਦੇ ਨਕਸ਼ੇ ਚ ਆਂਡਿਆ ਹੈ ਨਾ ਅਸੀਂ ਇਸ ਵੇਲੇ ਤੋਂ ਢਾਂਡਿਆ ਆ। ਓਏ ਪਹਿਲੇ ਆਪਣੀਆਂ ਅੱਖਾਂ ਮੇਰੇ ਨਾਲ ਸਿੱਧੀਆਂ ਕਰ। ਹੁਣ ਮਕਾਨ ਵੀ ਸਿੱਧਾ ਹੋ ਜਾਏਗਾ ਕਿ ਭਾਵੇਂ ਉਸ ਦਾ ਅੱਖਾਂ ਅਗਰ ਉਹਦਾ ਮਤਲਬ ਕਿ ਅੱਖਾਂ ਦਾ ਕੋਈ ਫਰਕ ਆ ਉਹਦੀਆਂ ਚ ਓਏ ਤੂੰ ਇਹ ਕੀ ਹੈ ਮਿਸਤਰੀ ਹੈ ਕਿ ਨੂੰ ਮਾਮਾ ਪੰਘੂੜੇ ਤੋਂ ਲਾ ਕੇ ਲਿਆਇਆ ਉਹਦੀਆਂ ਦੇਖਣੀਆਂ ਅਪ ਵਿੱਚ ਮਿਲਣ ਨਹੀਂ ਆ ਚਲੋ ਨਾਪੋ ਕੀ ਨਾਪੋ ਓਏ ਇਧਰ ਹੋ ਜਾ ਚਲ ਬਤਮੀਜ਼ ਹੋਏਗਾ ਵਾ ਮੈਂ ਕਿਹਨਾਂ ਦੀ ਕਹੋ ਨਾ ਉਹ ਭਾਈਨ ਸਰਕਾਰ ਸਰਕਾਰ ਨੇ ਕੀ ਗੱਲ ਸਰਕਾਰ ਠੇਕੇਦਾਰ ਆ ਮੈਂ ਮਕਾਨ ਬਣਾਇਆ ਮੈਂ ਪਲਾਟ ਲਿਆ ਤੂੰ ਨਾਲੇ ਕਿਹੜੀ ਗੱਲ ਕਹਿਣ ਨੇ ਕਿ ਲਓ ਜੀ ਆ ਸਿਰਫ ਤੁਹਾਡੇ ਮਕਾਨ ਜੀ ਦੀ ਨੀ ਸੜਕ ਇੱਥੇ ਕੋਈ ਤੁਸੀਂ ਜ਼ਾਤੀ ਬਸ ਕਲਾਰ ਨਹੀਂ ਯਾਹ ਤਾਂ ਤੁਸੀਂ ਇਹਨੂੰ ਤਾਂ ਕੋਈ ਰਸਤਾ ਮੈਂ ਕਹਾਂ ਕਿ ਨਿਕਲਦਾ ਨਹੀਂ। ਨਾ ਇਧਰ ਨੂੰ ਬਣਨੀ ਹੈ, ਨਾ ਪਿਛਲੇ ਪਾਸੇ ਨੂੰ ਬਣਨੀ ਹੈ। ਇਹ ਜਿੰਨਾ ਤੇਰਾ ਮਕਾਨ ਹੈ ਨਾ, ਸਿਰਫ ਇੰਨੀ ਸੜਕ ਬਣਨੀ ਹੈ। ਓਏ ਇੰਨੀ ਸੜਕ ਭਾਈ ਕਿਉਂ ਬਣਨੀ ਆ? ਮੇਰੇ ਮਕਾਨ ਦੀ ਸੜਕ ਕਿਉਂ ਬਣਨੀ? ਤੁਸੀਂ ਇਧਰ ਆ ਜਾਓ ਜੀ। ਇਹ ਤੇ ਹਕੂਮਤ ਨੂੰ ਪਤਾ ਹੋਣਾ ਨਾ। ਮੈਂ ਤੈਨੂੰ ਇਹ ਫੀਸ ਤੇ ਸਮੇਤ ਅੱਗ ਲਾ ਦੇਣੀ ਆ, ਇਹ ਮੇਰੀ ਗੱਲ ਯਾਦ ਰੱਖੀ। ਇਧਰ ਹੋ ਜਾ। ਦਰਮਟ ਵੇਡਾ ਦਰਮਟ ਤੋਂ ਮੈਂ ਹੁਣ ਇੱਥੇ ਫੋਨ ਕਰਨਾ ਇੱਕ ਤੈਨੂੰ ਫੋਨ ਕਰਨਾ ਤੂੰ ਸਮਝ ਲੱਗੀ ਨਾ ਮੇਰੀ ਲੇਬਰ ਨਹੀਂ ਤੈਨੂੰ ਮਾਰ ਦੇਣਾ ਚੁੱਕ ਚੁੱਕ ਕੇ ਦੇਖੋ ਇਹ ਸਰਕਾਰੀ ਕੰਮ ਹੈ ਉਹਦੇ ਵਿੱਚ ਤੁਸੀਂ ਨਾ ਪੰਗਾ ਲਵੋ ਉਹ ਭਾਈਨ ਪੰਗਾ ਕੀ ਗੱਲ ਆ ਮੇਰਾ ਜ਼ਾਤੀ ਮਕਾਨ ਆ ਇੱਧਰ ਅੱਜ ਤੱਕ ਇੱਥੇ 30 ਸਾਲ ਹੋ ਗਏ ਰਹਿਨੇ ਆ ਤੁਸੀਂ ਆਣ ਕੇ ਨਵਾਂ ਹੀ ਕੰਮ ਛੱਡ ਦਿੱਤਾ ਜੇ ਤੁਹਾਡਾ ਜ਼ਾਤੀ ਜਿਹੜਾ ਮਕਾਨ ਆ ਉਹ ਸਰਕਾਰੀ ਸੜਕ ਦੇ ਵਿੱਚ ਆ ਗਿਆ ਹੈ ਤੇ ਤੁਹਾਨੂੰ ਉਹਦੇ ਪੈਸੇ ਤਾਂ ਨਹੀਂ ਨਾ ਮਿਲਣੇ ਭਾਈ ਇਹਨੇ ਮੈਨੂੰ ਦੱਸੋ ਇੱਥੋਂ ਕਿਹੜੀ ਸੜਕ ਜਾਣ ਰਹੀ ਆ ਜਿਹੜੀ ਸਰਕਾਰੀ ਖਾਤੇ 'ਚ ਆ ਗਈ ਸਿਰਫ ਤੁਸੀਂ ਮੇਰੇ ਪਲਾਟ ਦੇ ਤੁਸੀਂ ਕਹਿਣ ਲਾ ਜੀ ਸੜਕ ਇੰਨੀ ਕੁ ਬਣਨੀ ਆ ਇਹ ਕੀ ਗੱਲ ਆ ਇੱਥੇ ਕੀ ਛੱਡਣਾ ਤੁਸੀਂ ਇੱਥੇ ਤੁਸੀਂ ਬੱਚਿਆਂ ਵਾਲੀਆਂ ਕਸ਼ਤੀਆਂ ਛੱਡਣੀਆਂ ਹੈ ਹੈ ਉਹ ਭਾਈ ਪਰੇਸ਼ਾਨ ਨਾ ਹੋ ਯਾਨ ਤੁਸੀਂ ਇੱਥੇ ਕੋਈ ਪੂਲ ਜਿਹਾ ਬਣਾ ਕੇ ਮੱਛੀਆਂ ਛੱਡਣੀਆਂ ਉਹ ਕੀ ਗੱਲ ਆ ਯਾਰ ਇਹਨੂੰ ਬੰਦ ਕਰ ਦੇ ਤੇਰੀ ਮਿਹਰਬਾਨੀ ਆ ਦਿਮਾਗ ਨਾ ਮੇਰਾ ਖਰਾਬ ਕਰ ਚੈੱਕ ਕਰੋ ਜ਼ਰਾ ਸਾਰਾ ਚੈੱਕ ਕਰੋ ਹਾਂ ਜੀ ਫਿਰ ਸੜਕ ਤਾਂ ਜਾਣੀ ਆ ਫਲਾਈਓਵਰ ਬਣਾਉਣਾ ਭਾਈ ਨਾਲ ਮੈਂ ਤੇਰੇ ਐਸੀਆਂ ਚੰਡਾ ਮਾਰਨੀਆਂ ਨਾ ਮੈਂ ਤੇਰਾ ਅੰਡਰਪਾਸ ਬਣਾ ਦੇਣਾ ਚਵਲ ਜ਼ਮਾਨੇ ਦੀ ਪਹਿਨ ਸਮਝਾਓ ਕੁਝ ਬਕਵਾਸ ਕਰੀ ਜਾ ਰਹੇ ਤੂੰ ਕੋਈ ਡਰਾਮਾ ਨਾ ਲੱਗ ਜਾ ਪੁੱਤ ਮੇਰੇ ਆ ਨਾ ਇਹ ਗੁਸਾ ਨਾ ਖਾ ਕੁਝ ਨਹੀਂ ਹੁੰਦਾ ਤੇਰਾ ਮਗਾਨ ਬਣੇ ਹੀ ਗਲਤ ਹੈ ਤੁਸੀਂ ਠੇਕੇਦਾਰ ਸਾਹਿਬ ਇਹਨੂੰ ਸ਼ੁਰੂ ਕਰੋ ਠੀਕ ਹੈ ਸ਼ੁਰੂ ਕਰੋ ਸੜਕ ਮੈਂ ਤੇਰੇ ਠੇਕੇਦਾਰ ਨੂੰ ਇੰਨੇ ਕਿ ਨਿਸ਼ਾਨ ਲਾ ਦੇਣੇ ਆ ਕਿ ਤੇਰੀ ਸਰਕਾਰ ਨੇ ਪਛਾਣਨ ਤੋਂ ਇਨਕਾਰ ਕਰ ਦੇਣਾ ਕਿ ਇਹ ਬੰਦਾ ਤੇ ਜ਼ਿੰਦਗੀ ਚ ਸਾਡੇ ਕੋਲ ਕੰਮ ਤੇ ਹੀ ਨਹੀਂ ਆਇਆ ਨਿਸ਼ਾਨ ਲਾ ਲਈ ਬਾਅਦ ਚ ਪਹਿਲਾਂ ਸਾਨੂੰ ਨਿਸ਼ਾਨ ਲਾਣ ਦੇ ਹਾਂ ਆ ਕਿਹੜਾ ਨਿਸ਼ਾਨ ਸਾਡੇ ਨਿ ਕੀ ਹੋ ਗਿਆ ਯਾਰ ਤੈਨੂੰ ਤੇਰੀ ਤਮੀਆ ਠੀਕ ਆ ਕੀ ਹੋਇਆ ਯਾਰ ਕੀ ਹੋਇਆ ਦਾਮ ਮਦਖਲਤ ਠੀਕ ਉਹ ਮਦਖਲਤ ਕੀ ਤੇਰੀ ਟੋਪੀ ਨੂੰ ਜਰਕਾਨ ਹੋਇਆ ਤੂੰ ਕਿੱਧਰ ਫਿਰੀ ਜਾਣ ਡਿਆ ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਗੱਲ ਤੁਹਾਡੀ ਠੀਕ ਹੈ ਲੇਕਿਨ ਇਹ ਹੈ ਕਿ ਤੁਹਾਡਾ ਤੁਹਾਨੂੰ ਐਡਵਾਂਸ ਮਿਲ ਗਿਆ ਹਾਂਜੀ ਤੁਸੀਂ ਇਦਾਂ ਕਰੋ ਲੁੱਕ ਸਟਾਓ ਲੁੱਕ ਸਟਾਓ ਕੀ ਗੱਲ ਹੈ ਇੱਥੇ ਲੁੱਕ ਸਟਾਓ ਇਹਨੇ ਆਪਣੀ ਫੈਮਿਲੀ ਰੰਗਣੀ ਹੈ ਲੁੱਕ ਸਟਾਓ ਨਹੀਂ ਉਹ ਤਾਂ ਪਹਿਲਾਂ ਹੀ ਰੰਗੀ ਹੋਈ ਹੈ ਲੇਕਿਨ ਉਹ ਨਹੀਂ ਮੈਂ ਕਿਹਾ ਸ਼ਾਇਦ ਹੋਰ ਬਲੈਕ ਕਰਨੀ ਹੈ ਤੁਸੀਂ ਮੇਰੇ ਨਾਲੋਂ ਕਿਉਂ ਨਾਲੋਂ ਨਹੀਂ ਤੁਹਾਡਾ ਨਹੀਂ ਤੁਹਾਡਾ ਤੁਸੀਂ ਇੱਥੇ ਪਹਿਲ ਦਫਾ ਆਏ ਤੁਸੀਂ ਇਹ ਗੱਲ ਚਲੋ ਚਲੋ ਭਾਈ ਤੁਸੀਂ ਇਹ ਚੱਕੋ ਆਪਣਾ ਸਟੈਂਡ ਜਿਆ ਚਲੋ ਬਲਡوزر ਲਿਆਓ ਬਲਡوزر ਲੈਣੇ ਤੇ ਰੋੜੀ ਅੱਛੀ ਪਾਉਣੀ ਹੈ ਕਿੱਥੇ ਰੋੜਾ ਮੋਟਾ ਇਹ ਜਿੱਲੇ ਤੁਸੀਂ ਇਹ ਸੜਕ ਬਣਾ ਲਈ ਮੈਂ ਇਹ ਦੇਖ ਲਓ ਕਿ ਡੇਡ ਡੇਡ 2 2 ਫੁੱਟ ਟੋਇਆ ਮਾਰ ਕੇ ਇਹਦੀ ਫੈਮਿਲੀ ਦਫਨਾਉਣੀ ਹੈ ਤੂੰ ਇਹਨਾ ਇਹਨਾ ਟੋਇਆ ਮਾਰ ਕੇ ਨਹੀਂ ਚੈੱਕ ਕਰਨੀ ਹੈ ਨਾ ਕਿ ਕਿੰਨਾ ਮਟੀਰੀਅਲ ਪਿਆ ਉਹ ਯਾਰ ਮੈਂ ਕਹਿੰਨਾ ਭਾਈ ਮੇਰਾ ਦਿਮਾਗ ਨਾ ਖਰਾਬ ਕਰੋ ਇੱਥੋਂ ਤੁਸੀਂ ਚਲੇ ਜਾਓ ਨਹੀਂ ਨਹੀਂ ਸੜਕ ਤਾਂ ਹੁਣ ਬਣੇਗੀ ਉਹ ਯਾਰ ਸੜਕ ਕੱਲ ਹੀ ਬਣੇਗੀ ਕਿਉਂ ਬਣੇਗੀ ਸੜਕ 45 ਵਰਸਤੇ ਕੇ ਹਕੂਮਤ ਦਾ ਪਲਾਨ ਆ ਕੋ ਯਾਰ ਹਕੂਮਤ ਕੀ ਗੱਲ ਆ 45 45 ਫੁੱਟ ਦੀਆਂ ਸੜਕਾਂ 15 15 45 45 ਫੁੱਟ ਦੀਆਂ ਸੜਕਾਂ ਬਣਾ ਰਹੀ ਏ ਇੱਕ ਤੁਸੀਂ ਗੱਲ ਜਾ ਕੇ ਅਫਸਰਾਂ ਨੂੰ ਪੁੱਛੋ ਕਿਹੜੇ ਅਫਸਰਾਂ ਨੂੰ ਪੁੱਛੀਏ ਯਾਰ ਅਸੀਂ ਜ਼ਿੰਦਗੀ ਦੇ ਵਿੱਚ 40 ਸਾਲ ਉਮਰ ਹੋ ਗਈ ਅਸੀਂ ਕਿਹੰਜ ਦਾ ਮਕਾਮ ਹੀ ਨਹੀਂ ਅੱਜ ਤੱਕ ਵੇਖਿਆ ਕਿ ਜਿਹੜੀ 15 45 ਦੀ ਸੜਕ ਬਣੀ ਹੋਵੇ ਤੁਸੀਂ ਕਿਦਾਂ ਦੀ ਸੜਕ ਦੇਖੀ ਅੱਜ ਤੱਕ ਦੇਖੋ ਉਹ ਯਾਰ ਸੜਕ ਹੀ ਆ ਕੀ ਗੱਲ ਆ ਇਹ ਸੜਕ ਜਾਣ ਲਈ ਮੈਂ ਤੁਸੀਂ ਸੜਕਾਂ ਲੰਮੀਆਂ ਲੰਮੀਆਂ ਦੇਖੀਆਂ ਨੇ ਉਹ ਭਾਈ ਲੰਮੀਆਂ ਹੀ ਸੜਕਾਂ ਹੁੰਦੀਆਂ ਨੇ ਬੌਣੀਆਂ ਸੜਕਾਂ ਪਾਤ ਲੰਮੇ ਲੰਮੇ ਬੰਦੇ 7 7 8 8 10 10 ਫੁੱਟ ਦੇ ਹੁੰਦੇ ਹੁੰਦੇ ਸੀ ਨਾ ਉਹ ਵਕਤ ਦੇ ਹਿਸਾਬ ਨਾਲ ਹੁਣ ਜਿੱਦਾਂ ਬੰਦਿਆਂ ਦੇ ਕੱਦ ਛੋਟੇ ਹੋ ਗਏ ਨਾ ਉਸੇ ਤਰ੍ਹਾਂ ਹੀ ਹੁਣ ਸੜਕਾਂ ਵੀ ਜ਼ਰਾ ਮناسب ਹੋ ਗਈਆਂ ਨੇ ਨਾ ਕੀ ਗੱਡੀਆਂ ਭਾਵੇਂ ਤੁਸੀਂ ਇਹ ਚਾਬੀ ਵਾਲੀਆਂ ਚਲਾਉਣੀਆਂ ਇੱਥੇ ਕੀ ਵਜ੍ਹਾ ਹੈ ਕਿਉਂ ਮੇਰਾ ਤੁਸੀਂ ਪਲਾਟ ਦੇ ਮਗਰ ਪੈ ਗਏ ਹੋ ਜਾਂ ਤੇ ਹੋਵੇ ਨਾ ਕਿ ਸਰਕਾਰ ਨੇ ਇਧਰ ਢੁੱਡੀ ਵਾਲੇ ਨੂੰ ਰਸਤਾ ਕੱਢਿਆ ਇਧਰੋਂ ਕੱਢਣਾ ਜੀ ਰਸਤਾ ਉਹ ਜਾ ਕੇ ਆਪਣਾ ਗ੍ਰੀਨ ਬੈਲਟਾਂ ਦੇ ਫਿਰ ਤੇ ਮੈਂ ਮੰਨਾਂ ਕਿ ਹਾਂ ਵੀ ਮੇਰਾ ਮਕਾਨ ਗਲਤ ਬਣਿਆ ਸਰਕਾਰ ਮੈਨੂੰ ਆਣ ਕੇ ਮੁਆਫਜ਼ਾ ਦੇਵੇ ਤੇ ਮੈਂ ਕਹਾਂ ਠੀਕ ਹੈ ਯਾਰ ਮੁਆਵਜ਼ਾ ਵੀ ਤੈਨੂੰ ਮਿਲ ਜਾਏਗਾ ਜੇ ਅਗਰ ਤੈਨੂੰ ਮਕਾਨ ਦੇਣਾ ਉਹ ਤੂੰ ਮੁਆਵਜ਼ਾ ਕੀ ਦੇਣਾ ਮਾਮਾ ਤੂੰ ਮੁਆਵਜ਼ਾ ਦਿਲਾ ਫਿਰਦੌਸ ਕੀ ਗੱਲ ਆ ਅੱਗੇ ਉਹ ਅੰਨੇ ਬੰਦੇ ਆਉਣ ਡੈ ਮਤਲਬ ਅੱਗੇ ਇੰਨੇ ਬੰਦੇ ਸ਼ੁਰੂ ਹੋ ਜਾਣੇ ਆਉਣੇ ਓਏ ਅੱਲਾ ਦੇ ਆ ਬੰਦੇ ਆ ਅੱਗੇ ਮਕਾਨ ਆ ਤੇਰੇ ਮਕਾਨ ਦੇ ਪਿੱਛੇ ਹਾਂ ਹੈਂ ਤੇ ਹੁਣ ਤੂੰ ਮੈਨੂੰ ਇਹ ਦੱਸ ਕਿਹੜੀ ਸੜਕ ਤੇ ਜਾਏਗਾ ਸਾਈਕਲ ਵਾਲਾ ਜਾਂਦਾ ਕੰਧ ਚ ਵੱਜ ਕੇ ਵਾਪਸ ਆ ਜਾਵੇ ਹੈ ਕੋਈ ਮੋਟਰਸਾਈਕਲ ਵਾਲਾ ਕੰਧ ਚ ਵੱਜ ਕੇ ਵਾਪਸ ਆ ਜਾਵੇ ਇੱਥੇ ਜੇ ਤੁਸੀਂ ਕੋਈ ਬੱਸ ਖੁਦਾ ਨਾ ਖਾਸਤਾ ਤੁਸੀਂ ਇਸ ਰੋਡ ਤੇ ਪਾ ਵੀ ਲੈਣੇ ਆ 72 ਸਿਟੀ ਉਹ ਪਿਛਲੇ ਗੇਟ ਚ ਸਵਾਰੀਆਂ ਬਾਕੇ ਅਗਲੇ ਗੇਟ ਚ ਲਾ ਦੇਣੀਆਂ ਗਿਆ ਗਿਆ ਤੁਹਾਡਾ ਅੱਡਾ ਆ ਗਿਆ ਨਹੀਂ ਚੱਲੇਗੀ ਬੱਸ ਉਹ ਯਾਰ ਇੱਥੇ ਬੱਸ ਨਹੀਂ ਚਲਣੀ ਭਾਈ ਇਹ ਬੱਸ ਜਿੰਨੀ ਤੇ ਜਗ੍ਹਾ ਵਾ ਇਹ ਹਕੂਮਤ ਨੂੰ ਸੋਚਣਾ ਚਾਹੀਦਾ ਇਹ ਹਕੂਮਤ ਸਾਡਾ ਕੋਈ ਕਿਸੂ ਨਹੀਂ ਸਾਡਾ ਵਿਅਸਤ ਬਣਾਉਣੀ ਬਣਾਉਣੀ ਹੈ ਦੇਖੋ ਇਹ ਇਹਦੇ ادارے ਚੋਂ ਅੱਛੀ ਜਿਹੀ ਝੁੱਗੀ ਲੈ ਦਿੰਦੇ ਕਿਨੂੰ ਤੈਨੂੰ ਇਹ ਬ੍ਰਾਸ ਬੈਂਡ ਮੈਂ ਤੇਰੀ ਫੈਮਲੀ ਚੋਂ ਆ ਇਹ ਬ੍ਰਾਸ ਬੈਂਡ ਦਾਰੇ ਚ ਹੈਂ ਕੀ ਮਤਲਬ ਮਰਾਸ ਬੈਂਡ ਦਾਰੇ ਚ ਹਾਂ ਕਦੀ ਮਰਾਸ ਬੈਂਡ ਦਾਰਾ ਇਹਨਾਂ ਦਾ ਕਦੀ ਬ੍ਰਾਸ ਬੈਂਡ ਦਾਰਾ ਦੋ ਇਹ ਉਦਾਂ ਦੀ ਗੱਲ ਨਾ ਕਰੋ ਯਾਰ ਤੁਸੀਂ ਪਿੱਤਲ ਦਾ ਕਾਰੋਬਾਰ ਹੈ ਇਹਨਾਂ ਦਾ ਕਿਉਂ ਏ ਪਿੱਤਲ ਦਾ ਕੀ ਕਾਰੋਬਾਰ ਹੈਂ ਇੱਥੇ ਕੋਈ ਜੰਝ ਟੁਕਣੀ ਹੈ ਤੁਹਾਡੇ ਘਰ ਟੁਕਣੀ ਹੈ ਜਿਹੜੇ ਇੱਥੇ ਤੁਹਾਨੂੰ ਖਾਲੀ ਪਲਾਟ ਚਾਹੀਦਾ ਤੂੰ ਫੁੱਫੀ ਵਿਆਹਣੀ ਹੈ ਥੇ ਕਨੋਪੀ ਲਾਉਣੀ ਹੈ ਤੂੰ ਹੈ ਇਹਨੂੰ ਖੜੋ ਯਾਰ ਓਏ ਇਹਨੂੰ ਕਿ ਫੜੋ ਏ ਮੈਂ ਕਹਿਣਾ ਵੀ ਟਲ ਜਾ ਭਾਈ ਤੇਰੇ ਮੈਂ ਨਹੀਂ ਟਲਦਾ ਟਲ ਜਾ ਪਹਿਲੇ ਤੂੰ ਉਸ ਬੰਦੇ ਨੂੰ ਮੈਂ ਜੁੱਤੀਆਂ ਮਾਰਾਂ ਨਾ ਜਿਹਨੇ ਤੈਨੂੰ ਠੇਕੇਦਾਰ ਬਣਾਇਆ ਤੇਰੇ ਨੰਨ ਨੱਚਾ ਹਟੇ ਯਾਰ ਸਰਕਾਰੀ ਠੇਕੇਦਾਰ ਤੂੰ ਜਾ ਮਾਮਾ ਕਿਤੇ ਕਬਾੜ ਵਾਲੀ ਦੁਕਾਨ ਤੇ ਬਹਿ ਉਹ ਪੁਰਾਣੀਆਂ ਮਸ਼ੀਨਾਂ ਲੈ ਕੋਈ ਲੋਹੇ ਲੈਣ ਦੀਆਂ ਜੁੱਤੀਆਂ ਲੈ ਤੂੰ ਤਾਂ ਜੁੱਤੀਆਂ ਖਾਣ ਵਾਲੇ ਕੰਮ ਕਰਨ ਨੇ ਆ ਨਹੀਂ ਇਹ ਤਾਂ ਗੱਲ ਠੀਕ ਹੈ ਤੁਹਾਡੀ ਲੇਕਿਨ ਮਕਾਨ ਬਣੇਗਾ ਕੋਈ ਮਕਾਨ ਹੀ ਬਣਿਆ ਭਾਏ ਨਾ ਸੜਕ 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 ਨਹੀਂ ਇੱਥੇ ਬਣ ਸਕਦੀ ਇਹ ਤਾਂ ਵੀਰੇ ਬਣ ਕੇ ਰਹਿਣੇ ਇਹ ਤਾਂ ਹੁਣ ਇਸ ਬੰਦੇ ਦੀ ਜ਼ਿੰਮੇਵਾਰੀ ਹੈ ਠੇਕੇਦਾਰ ਇੱਥੇ ਇਹ ਤਾਂ ਬਣੀ ਨਹੀਂ ਮੇਰਾ ਕੰਮ ਆ ਸਿਰਫ ਨਿਸ਼ਾਨ ਲਵਾ ਦੇਣਾ ਤੁਸੀਂ ਨਿਸ਼ਾਨ ਲੁਆਤਾ ਹਾਂਜੀ ਹਾਂਜੀ ਤੁਸੀਂ ਹੁਣ ਜਾਓ ਇਹ ਵੀਰੇ ਸੜਕ ਦੀ ਗੱਲ ਆ ਤੁਹਾਨੂੰ ਕਾਹਦੀ ਇੱਥੇ ਸੜਕ ਬਣਨੀ ਆ ਹਾਂ ਮਮਾ ਕਹਾਰਾ ਸਾਡਾ ਤੂੰ ਇੱਥੇ ਕਿਹੜੀ ਸੜਕ ਬਣਾਉਣ ਟੁਰਿਆ ਦੇਖੋ ਸਰਕਾਰ ਨਾ ਕਰ ਰਹੀ ਸਰਕਾਰ ਨਾ ਵੱਡ ਗਈ ਆ ਪਰ ਇਧਰ ਤੱਕ ਜਦੋਂ ਸੁਣਿਖ ਲੋ ਸਰਕਾਰ ਤੁਹਾਡਾ ਨਾ ਦੇਖੋ ਸਰਕਾਰ ਨਾ ਬਦਤਮੀਜ਼ੀ ਨਹੀਂ ਕਰੀਦੀ ਓ ਸਰਕਾਰ ਨਾ ਨਹੀਂ ਮੈਂ ਆ ਕੀ ਆ ਲੋਕਲ ਡਰਮ ਜਾ ਨਾ ਕਰਨ ਨੇ ਆ ਸਰਕਾਰ ਨਾ ਕਿਸੇ ਸੂਰਤ ਚੰਗੜਾ ਦਾ ਤੰਦੂਰ ਲੱਗਣ ਡਿਆ ਤੂੰ ਮੇਰੇ ਨਾਲ ਆਇਓ ਸਰਕਾਰ ਹਾਂਜੀ ਓ ਸਰਕਾਰ ਨਾ ਬਦਤਮੀਜ਼ੀ ਕਰਨ ਡੇ ਸਰਕਾਰ ਤੁਸੀਂ ਵੀ ਕੋਈ ਬਦਤਮੀਜ਼ੀ ਕਰੋ ਮੈਂ ਮਰ ਜੁਟੀਆਂ ਤੁਹਾਡੀ ਸਰਕਾਰ ਸਿੱਧੀ ਕਰ ਦੇਣੀ ਇੱਥੇ ਸਰਕਾਰ ਨਾ ਸਾਡੇ ਨਾਲ ਇੰਜ ਹੁੰਦਾ ਰਹਿੰਦਾ ਵਾ ਇਹ ਨਾ ਮਗਾਣ ਟੈਨ ਡਿਆ ਹੋਵੇ ਨਾ ਉਹ ਸਦਮੇ ਚ ਆ ਜਾਂਦਾ ਆਪਣੇ ਆਪ ਚ ਬਾਹਰ ਹੋ ਜਾਂਦਾ ਸਦਮੇ ਚ ਹਾਂਜੀ ਤੇ ਇਸ ਤੋਂ ਚੰਗੀ ਗੱਲ ਹੈ ਕਿ ਤੁਸੀਂ ਇੱਥੇ ਨਿਕਲ ਜਾ ਮੈਂ ਆਪਣੇ ਆਪ ਚ ਹੋਰ ਬਾਹਰ ਆਵਾਂ ਮੈਂ ਤੁਹਾਨੂੰ ਫੈਰ ਹੀ ਮਾਰ ਦਿਆਂ ਫਾਇਰ ਮਾਰ ਦੇਗਾ ਜਿਹੜਾ ਫਾਇਰ ਮਾਰਨਾ ਸੌਖਾ ਨਹੀਂ ਪਿਆ ਹੋਇਆ ਸਮਝ ਲਗੀ ਨਾ ਪੁੱਤਰੇ ਹੁਣ ਰੋਜ਼ ਦਾ ਕੰਮ ਹੈ ਤੇਰੇ ਵਰਗੇ ਬੰਦੇ ਜਿਹੜੇ ਉਹ ਇਹਨਾਂ ਦੇ ਰੋਜ਼ ਮੱਥੇ ਲੱਗਦੇ ਰਹਿੰਦੇ ਕਿਉਂ ਜੀ ਹਾਂ ਜੀ ਹਾਂ ਜੀ ਅੱਲਾਹ ਦੀ ਮਿਹਰਬਾਨੀ ਤੁਸ ਟੈਨਸ਼ਨ ਲੈ ਦੇਖੋ ਤੁਸੀਂ ਤੁਸੀਂ ਕਹਿ ਰਹੇ ਸੀ ਨਾ ਪਤਾ ਨਹੀਂ ਕਿਹਦੀ ਆ ਕਿਸੇ ਵਾਟਣ ਵਾਲੇ ਦੀ ਲਾਹ ਕੇ ਪਾ ਆਇਆ ਤੂੰ ਆ ਹੁਣ ਤੁਸੀਂ ਅੱਖਾਂ ਦਾ ਕਹਿ ਰਹੇ ਸੀ ਨਾ ਹਾਂ ਇਹ ਵੀ ਐਦਾਂ ਦਾ ਇੱਕ ਮਾਮਲੇ ਦੇ ਵਿੱਚ ਇੱਕ ਬੰਦੇ ਨੇ ਕੁਸਨ ਮਾਰਿਆ ਸੀਗਾ ਤੇ ਉਹ ਕੁਸਨ ਮਾੜਾ ਜਾ ਇੱਥੇ ਵੱਜ ਕੇ ਸਲਿੱਪ ਹੋ ਗਿਆ ਨਾ ਤੇ ਨਾਲ ਅੱਖ ਮਾੜੀ ਜੀ ਸਲਿੱਪ ਹੋ ਗਈ ਇਸ ਵਾਸਤੇ ਤੁਹਾਨੂੰ ਲੱਗਣ ਡਿਆ ਬੰਦਾ ਮੇਰੇ ਨਾਲ ਨਹੀਂ ਦੇਖਣ ਨਹੀਂ ਉਹ ਤਾਂ ਉਹਦਾ ਕਾਰੋਬਾਰੀ ਮਸਲਾ ਹੈ ਮੇਰਾ ਅਸਤ ਮਰਹਲ ਭਾਏ ਨੇ ਇਹ ਚੱਕੋ ਆਪਣਾ ਇੱਥੇ ਨਿਜ਼ਾਮ ਸਾਰਾ ਇੱਥੋਂ ਨਾ ਵੀ ਕੋਈ ਕੇਸ ਬਣ ਜਾਣਾ ਤੇਰੇ ਤੇ ਤੇਰੇ ਮਨ ਮੇਰੇ ਤੇ ਕਿਹੜਾ ਕੇਸ ਬਣਾਉਣਾ ਤੂੰ ਮੈਂ ਕਦੋਂ ਦਾ ਬਰਦਾਸ਼ਤ ਕਰਨਾ ਬੰਦਾ ਨਾ ਤੂੰ ਬਰਦਾਸ਼ਤ ਨਾ ਕਰ ਨਹੀਂ ਨਹੀਂ ਨਾ ਕਰ ਬਰਦਾਸ਼ਤ ਮੈਂ ਸਾਲਿਆ ਮਨ ਬਤਾਉ ਇਕੱਠੇ ਸਟਾਏ ਚੱਲ ਦਫਰੇ ਤੋਂ ਮਨ ਬਤਾਉ ਇਕੱਠੇ ਸਟਾਏ ਪੱਲੇ ਹੋਈ ਦੀ ਗੱਲ ਤੂੰ ਵੀ ਸਟਾਲਾ ਪੱਲੇ ਹੋਈ ਦੀ ਗੱਲ ਚਲ ਨਿਕਲ ਇੱਥੋਂ ਉਹ ਚੱਲ ਤੂੰ ਨਾਲ ਐਵੇਂ ਝੂਠੀਆਂ ਗਵਾਈਆਂ ਤੇ ਏਲੀ ਰੱਖਿਆ ਤੂੰ ਰੱਖ ਦੇ ਇੱਥੇ ਸਰਕਾਰੀ ਚੀਜ਼ ਆ ਉਹ ਸਰਕਾਰੀ ਜ਼ਮੀਨ ਆ ਜਾਂ ਮੇਰਾ ਮਕਾਨ ਆ ਇੱਥੇ ਕਿਹੜੀ ਸੜਕ ਬਣਾਉਣੀ ਆ ਤੂੰ ਮੇਰੇ ਨਕਸ਼ੇ 'ਚ ਇਹ ਮਕਾਨ ਆ ਮਾਮਾ ਇੱਥੇ ਮੈਂਚ ਖੇਡਣ ਵਾਲਿਆਂ ਦੀ ਇਸ ਮਕਾਨ ਨਾਲ ਪੇਚ ਵੱਡੀ ਹੁੰਦੀ ਆ ਤੂੰ ਇੱਥੇ ਸੜਕ ਬਣਾਉਣ ਡਿਆ ਆ ਉਹ ਨਹੀਂ ਗਲਤ ਠੀਕ ਆ ਵੈਸੇ ਜਿੱਦੀ ਤੁਸੀਂ ਸੜਕ ਆਪਾ ਬਣਾਉਣ ਡਿਆ ਆ ਐਡੀ ਤਾਂ ਪੇਚ ਹੁੰਦੀ ਆ ਵੈਸੇ ਸਮਝ ਲੱਗੀ ਆ ਕਿ ਨਹੀਂ ਦੇਖੋ ਜੀ ਮੈਂ ਹੈਗਾ ਤਨਖਾਦਾਰ ਬੰਦਾ 32000 ਮੇਰੀ ਤਨਖਾਹ ਆ ਇਹ ਠੇਕੇਦਾਰ ਨੇ ਲੱਖਾਂ ਕਰੋੜਾਂ ਰੁਪਏ ਤੱਕ ਬਿਜ਼ਨਸ ਇਹਨਾਂ ਦਾ ਹੁੰਦਾ ਇਸ ਦਾ ਇਹ ਲੱਖਾਂ ਕਰੋੜਾ ਆਪਣੇ ਤਾਂ ਨਹੀਂ ਲਾਉਂਦਾ ਨਹੀਂ ਲਾਉਂਦਾ ਲਾਉਂਦਾ ਨਸਰ ਨਹੀਂ ਕਰਦੀ ਜਾ ਇੱਥੇ ਯਾਰ ਦਫਾ ਜਾ ਮੇਰਾ ਦਿਮਾਗ ਬਹੁਤ ਖਰਾਬ ਹੋ ਰਿਹਾ ਐ ਇਹਨੂੰ ਭਾਵੇਂ ਇੱਥੋਂ ਲਵੋ ਤੇ ਇੱਥੋਂ ਚੱਲ ਜਾ ਨਈ ਨਈ ਮੈਂ ਮੈਂ ਭਾਜੀ ਇੰਜ ਨਹੀਂ ਜਾਣਾ ਮੈਂ ਮਕਾਨ ਬਣਾ ਢਾਕੇ ਜਾਣਾ ਵਾ ਮੈਂ ਸੜਕ ਬਣਾਉਣੀ ਐ ਇਹ ਭਾਵੇਂ ਮੇਰੀ ਲਾਸ਼ ਉੱਤੋਂ ਟੱਪ ਕੇ ਬੰਦੇ ਨੰਗਨ ਮਕਾਨ ਟੈਰ ਹਾਂ ਕ੍ਰਿਸ ਗਿਲਦੇ ਆ ਸਾਲਿਆ ਕਿਹਦਾ ਕਿ ਕ੍ਰਿਸ ਗਿਲਦਾ ਉਹ ਕੌਣ ਹੈ ਤੈਨੂੰ ਨਹੀਂ ਪਤਾ ਹੁਣ ਸਾਨੂੰ ਕੀ ਪਤਾ ਕਿਹਦਾ ਕਿਹਦਾ ਨਾਂ ਲੈਣ ਦਾ ਕ੍ਰਿਸ ਗਿਲ ਉਹ ਜਿਹੜਾ ਛੱਕੇ ਮਾਰਦਾ ਛੱਕੇ ਮਾਰਦਾ ਇਹ ਸਾਲਾ ਮਕਾਨ ਮਾਰਨ ਦੇ ਆ ਲੋਕਾਂ ਨੇ ਉਹਦਾ ਸਾਲਾ ਉਹਦਾ ਸਾਲਾ ਹੀ ਲੱਗਣ ਦੇ ਆ ਮੈਨੂੰ ਹੈ ਤਾਂ ਨਹੀਂ ਕਿਤਾ ਨਹੀਂ ਨਹੀਂ ਐਦਾਂ ਦੀ ਗੱਲ ਪੁੱਤਰ ਨਹੀਂ ਹੈਗੀ ਐਵੇਂ ਤਾਂ ਨਾ ਆਈ ਦੀ ਉਹ ਇੱਕ ਤਾਂ ਸਾਊਥ ਅਫਰੀਕਾ ਦੀ ਟੀਮ ਚੁੱਕ ਕੇ ਮੇਰੇ ਬੂਏ ਗਲੇ ਆ ਸਮਝ ਲੱਗੀ ਹੈ ਕਿ ਨਹੀਂ ਇਹਨੂੰ ਲੈ ਜਾ ਇੱਥੋਂ ਪਾਏ ਇਹ ਮਕਾ ਹ ਉਸ ਟੀਮ ਦਾ ਨਾ ਬਵਰਚੀ ਟੈਪ ਲੱਗਣ ਡਿਆ ਬਵਰਚੀ ਆ ਬਸ ਉਹਨਾਂ ਦਾ ਹੀ ਹੈ ਚਲੋ ਨਿਕਲੋ ਇਥੋਂ ਤੁਸੀਂ ਪਹਿਲ ਮਲੇ ਤੁਸੀਂ ਮੇਰੇ ਨਾਲ ਜੀ ਕੋ ਨਾਲ ਜੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਹੀ ਆ ਸਾਡਾ ਤੁਹਾਨੂੰ ਮੈਂ ਲੈ ਕੇ ਦੇਣੀ ਜੇ ਮੇਰੇ ਗੱਲ ਪੈਂਦਾ ਤੁਸੀਂ ਪਿੱਛੇ ਖਲੋਗੇ ਤੁਹਾਡਾ ਮੇਰਾ ਬਾਹਰ ਰਹਿਣਾ ਸਰਕਾਰ ਨੂੰ ਫੋਨ ਕਰੋ ਕੈਸ ਲਾਂਤੀ ਦੀ ਛੁੱਟੀ ਕਰਾਉਣ ਇਹ ਲੋਕਾਂ ਦਾ ਮਕਾਨਾ ਮਗਰ ਪਿਆ ਤੁਸੀਂ ਭਾਇਨ ਮੈਨੂੰ ਸਿਆਣੇ ਬਿਆਣੇ ਔਰ ਪੜ੍ਹੇ ਲਿਖੇ ਇਨਸਾਨ ਲੱਗਣ ਡੈ ਤੁਸੀਂ ਮੈਨੂੰ ਸਰ ਦੱਸੋ ਜੀ ਕਿ ਇੱਥੇ ਕਿਹੜੀ 15 45 ਦੀ ਸੜਕ ਹੁੰਦੀ ਹੈ ਕਿਤੇ ਇੱਥੇ ਸੜਕ ਬਣਦੀ ਹੈ ਹਾਂਜੀ ਭਾਇਨ ਤੁਹਾਡੇ ਤੇ ਫਿਟੇ ਮ ਤੁਸੀਂ ਦੋਵੇਂ ਨਿਕਲੋ ਇੱਥੋਂ ਨਿਕਲੋ ਫਿਰ ਓਏ ਗੁੱਸਾ ਨਹੀਂ ਕਰਦਾ ਆ ਚੁੱਕ ਕੇ ਲੈ ਜਾ ਮਾਮਾ ਆਪਣੀ ਪੌੜੀ ਜੀ ਮੈਂ ਤੈਨੂੰ ਜੁੱਤੀਆਂ ਬੜੀਆਂ ਮਾਰ ਰਹੀਆਂ ਮੈਂ ਤੈਨੂੰ ਦੱਸ ਦੇ ਸਾਲੇ ਐਡਾ ਬੰਦਾ ਤੇ ਸ਼ਰਈਏ ਚ ਜਾਇਜ਼ ਨਹੀਂ ਹੈ ਜਿੱਡਾ ਤੂੰ ਨਾਲ ਲਈ ਫਿਰਨੇ ਆ ਤੇ ਜਾਇਜ਼ ਤਾਂ ਬੁੱਤ ਐਡਾ ਵੀ ਨਹੀਂ ਹੈਗਾ ਹੈ ਜਿਹੜਾ ਤੂੰ ਲਈ ਫਿਰਨਾ ਆਪਣੇ ਆਪ ਤੂੰ ਬੜਾ ਲੋਕਾਂ ਨੂੰ ਮਾਰੀ ਨਾ ਮੈਂ ਤੈਨੂੰ ਚੱਲ ਹਾਂ ਜਾ ਚੱਲ ਨਿਕਲ ਚੱਲ ਰਹਿ ਕੇ ਨੂੰ ਮੈਨੂੰ ਆ ਚੱਕ ਕੇ ਸਮਝ ਚੱਕ ਕੇ ਮਾਰਨੀ ਹੈ ਸ਼ਬਰ ਨਾ ਭਾਈ ਨਾ ਓ ਚੱਲ ਨਿਕਲ ਚੱਲ ਕਾਰੀ ਸਾਹਿਬ ਓ ਮੈਂ ਤੇਰਾ ਥੱਪੜ ਬੜਾ ਮਾਰਨੇ ਮੂੰਹ ਤੇ ਤੇਰੇ ਗੁਰਦੇ ਦੀ ਪੱਥਰੀ ਆ ਮੈਨੂੰ ਤੱਕਾ ਨਾ ਮਾਰੀ ਹੁਣ ਤੇਰੇ ਗੁਰਦੇ ਤੇ ਮਾਮਾ ਪੱਥਰੀ ਤੇ ਉਹ ਪੱਥਰੀ ਤੂੰ ਸਾਡਾ ਮਕਾਨ ਢਾ ਕੇ ਪਾਉਣੀ ਆ ਚੱਲ ਨਿਕਲ ਇਥੋਂ ਓ ਬਾਹਰ ਚੱਲ ਚਲ ਤੂੰ ਚੱਲ ਤੈਨੂੰ ਮਾਮਾ ਪੁੱਛਣ ਲੱਗੇ ਪੜਿਆ ਲਿਖਿਆ ਬੰਦਾ ਅੱਗੇ ਕਹਿੰਦਾ ਹਾਂਜੀ ਇੱਧਰ ਚੱਲ ਚੱਲ ਦਵਾ ਦੇਥੋਂ ਲੈ ਮਕਾਨ ਟਾਣਾ ਤੁਸੀਂ ਬੜੀ ਸੜਕ ਇੱਥੇ ਪਾਉਣੀ ਐ ਸੜਕ ਇੱਥੇ ਬਣਾਉਣੀ ਐ ਜੀ ਮਾਮਾ ਕਿਹੜੀ ਸੜਕ ਹੁੰਦੀ ਐ 15 45 ਦੀ ਸੜਕ ਬਣਾਉਣੀ ਐ ਇੱਥੇ ਜਦੋਂ ਤੂੰ ਸੋਣਾ ਸੀ ਉਦੋਂ ਟਾਣਾ ਇੱਥੇ ਸਾਲਿਆ ਤੁਸੀਂ ਮਾਸ਼ਾ ਛੱਡਣੀਆਂ ਆਪਣੀਆਂ ਮਾਸ਼ਾ ਜਮਾਨੇ ਦੀ ਆ ਤੂੰ ਇਹਨੂੰ ਬੰਦ ਨਹੀਂ ਕਰਨ ਦੇ ਆ ਕੀ ਗੱਲ ਓ ਮੇਰੇ ਮਕਾਨ ਦੀ